ਹੈਲੋ 올 ਆਫ ਯੂ ਆਈ ਹੋਪ ਦੂ ਸੀ ਸਾਰੇ ਜਨੇ ਠੀਕ ਠਾਕ ਹੋਵੋਗੇ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਪੀਐਸ ਸਟਟ ਦਾ ਐਗਜ਼ਾਮ 1 ਦਸੰਬਰ ਨੂੰ ਹੈ ਤੇ ਪੀਐਸ ਸਟਟ ਦੇ ਨਾਲ ਸੰਬੰਧਿਤ ਮੈਂ ਤੁਹਾਨੂੰ ਨੋਟਸ ਜਿਹੜੇ ਉਹ ਪ੍ਰੋਵਾਈਡ ਕਰਵਾਏ ਹੋਏ ਨੇ YouTube ਚੈਨਲ ਦੇ ਉੱਪਰ ਬਟ ਬਹੁਤ ਸਾਰੇ ਸਟੂਡੈਂਟ ਦੀ ਡਿਮਾਂਡ ਹੈ ਕਿ ਸਾਨੂੰ PDF ਚਾਹੀਦੀਆਂ ਨੇ ਸੋ ਇਸ ਤੋਂ ਪਹਿਲਾਂ ਜਿਹੜੀਆਂ ਮੈਂ ਸੀਡੀਪੀ ਦੇ ਨਾਲ ਸੰਬੰਧਿਤ PDF ਪ੍ਰੋਵਾਈਡ ਕਰਵਾ ਚੁੱਕੀਆਂ ਤੇ ਉਸ ਤੋਂ ਬਾਅਦ ਜਿਹੜੀ ਡਿਮਾਂਡ ਆਈ ਸੀ ਉਹ ਐਸਐਸਟੀ ਸਬਜੈਕਟ ਦੇ ਨਾਲ ਆਈ ਸੀ ਪੀਐਸਟਡ ਦਾ ਜਿਹੜਾ ਸਬਜੈਕਟ ਐਸਐਸਟੀ ਹੈ ਠੀਕ ਹੈ ਉਹਦੇ ਨਾਲ ਸੰਬੰਧਨ ਨੋਟਸ ਦੀ ਡਿਮਾਂਡ ਸੀ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਰਹੀਆਂ ਸਿਰਫ ਜੀਓਗ੍ਰਾਫੀ ਦੇ ਨਾਲ ਸੰਬੰਧਿਤ ਜਿਹੜੇ ਨੋਟਸ ਐ ਤੁਹਾਨੂੰ ਪਤਾ ਹੀ ਐ ਐਸਐਸਟੀ ਦੇ ਵਿੱਚ ਤੁਹਾਡੇ ਜੇਕਰ ਮੈਂ ਗੱਲ ਡਿਵਾਈਡ ਕਰਾਂ ਉਹਨਾਂ ਨੂੰ ਪਾਰਟਸ ਦੇ ਵਿੱਚ ਤਾਂ ਜੀਓਗ੍ਰਾਫੀ ਹੁੰਦਾ ਹੈ ਤੁਹਾਡਾ ਉਹਦੇ ਨਾਲ ਸੰਬੰਧ ਸਿਲੇਬਸ ਹੈ ਹਿਸਟਰੀ ਹੈ ਉਸ ਤੋਂ ਇਲਾਵਾ ਪੋਲੀਟੀਕਲ ਹੈ ਠੀਕ ਹੈ ਸ਼ੋ ਪੋਲੀਟਿਕਲ ਦੇ علاوہ ਤੁਹਾਡਾ ਪੈਡਾਗੋਜੀ ਸਬਜੈਕਟ ਵੀ ਹੈ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਪੀਡੀਐਫ ਦੇ ਵਿੱਚ ਤੁਹਾਨੂੰ ਮੈਂ ਸਿਰਫ ਜੀਓਗ੍ਰਾਫੀ ਦੇ ਹੀ ਨੋਟਸ ਦੇ ਰਹੀਆਂ ਹਿਸਟਰੀ ਤੇ ਪੋਲੀਟੀ ਵੀ ਮੈਂ ਕੱਲ ਤੱਕ ਜਿਹੜੇ ਅਪਲੋਡ ਹੈ ਉਹ ਵੀ ਨੋਟਸ ਮੈਂ ਪੀਡੀਐਫ ਉਹਨਾਂ ਦੀ ਵੀ ਕਰ ਦੇਵਾਂਗੀ ਤੁਸੀਂ ਉਹ ਵੀ ਜਿਹੜੀ ਬਾਈ ਹੈ ਉਹ ਕਰ ਸਕਦੇ ਹੋ ਸੋ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਇਸ ਚੈਨਲ ਦਾ ਲਿੰਕ ਪੀਡੀਐਫ ਤੇ ਲਿੰਕ ਆ ਪੀਡੀਐਫ ਵੀਡੀਓ ਦੇ ਲਿੰਕ ਪੇਜ ਤੇਆ ਕਰੋ ਉਹਨਾਂ ਨੂੰ ਜ਼ਰੂਰ ਲਾਈਕ ਕਰਿਆ ਕਰੋ ਜੇਕਰ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਕਰ ਦਿਆ ਕਰੋ ਚੈਨਲ ਤੇ ਨਵੇਂ ਆਉਂਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸੋ ਇਹ ਜਿਹੜੇ ਨੋਟਸ ਹੈ ਜੀ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਵਾਰ ਇਹਨਾਂ ਨੂੰ ਪੜ੍ਹ ਲਿਆ ਤੇ ਤੁਸੀਂ ਜਿਹੜਾ ਪੇਪਰ ਦੇ ਵਿੱਚੋਂ ਪਾਸ ਹੋ ਜਾਵੋਗੇ ਤੁਹਾਨੂੰ ਜਿਹੜਾ ਰੈਪੀਟੀਸ਼ਨ ਦੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਪੜ੍ਹਨਾ ਪਵੇਗਾ ਫਿਰ ਹੀ ਤੁਸੀਂ ਜਿਹੜੇ ਵੀ ਕੁਐਸਚਨ ਪੁੱਛੇ ਜਾਣਗੇ ਪੇਪਰ ਦੇ ਵਿੱਚ ਫਿਰ ਹੀ ਉਹਨਾਂ ਦੇ ਸਹੀ ਆਨਸਰ ਤੁਸੀਂ ਦੇ ਪਾਹੋਗੇ ਇੱਕ ਵਾਰ ਪੜ ਕੇ ਤੁਹਾਡਾ ਪੇਪਰ ਜਿਹੜਾ ਉਹ ਕੁਆਲੀਫਾਈ ਨਹੀਂ ਹੋਣ ਵਾਲਾ ਤੇ ਸਹੀ ਤੁਹਾਡੀ ਆਪਸ਼ਨ ਤੇ ਟਿਕ ਨਹੀਂ ਹੋਣ ਵਾਲੀ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਜਿਹੜਾ ਰੈਪੀਟੀਸ਼ਨ ਦੇ ਉੱਪਰ ਪੜੋ ਸੋ ਇਹ ਜੀਓਗ੍ਰਾਫੀ ਦੇ ਜਿਹੜੇ ਨੋਟਸ ਹੈ ਹੈਂਡ ਮੇਡ ਨੋਟਸ ਹੈ ਖੁਦ ਜਿਹੜੇ ਬਣਾਏ ਗਏ ਨੋਟਸ ਹੈ ਆਪਣੇ ਹੱਥ ਦੇ ਨਾਲ ਸੋ ਇਹ ਜਿਹੜੇ ਨੋਟਸ ਹੈ ਜਿੰਨੇ ਵੀ ਕੁਐਸਚਨ ਹੁਣ ਤੱਕ ਪੁੱਛੇ ਗਏ ਨਹੀਂ ਠੀਕ ਹੈ ਕਿੱਥੋਂ ਪੁੱਛੇ ਜਿੱਥੋਂ ਵੀ ਪੁੱਛੇ ਗਏ ਨੇ ਉਹ ਸਾਰੇ ਦਾ ਸਾਰਾ ਜਿਹੜੇ ਟੌਪਿਕ ਹੈ ਉਹ ਸਾਰੇ ਦੇ ਸਾਰੇ ਟੌਪਿਕ ਐਡ ਕੀਤੇ ਗਏ ਨੇ ਕਹਿੰਦੀ ਬੰਮੀਓ ਕੋਈ ਜਿਹੜੀਆਂ ਫਸਲਾਂ ਨੂੰ ਲੈ ਕੇ ਹੋਵੇ ਠੀਕ ਹੈ ਜੀ ਕੋਈ ਮੌਸਮ ਨੂੰ ਲੈ ਕੇ ਹੋਵੇ ਕੋਈ ਕੁਐਸਚਨ ਪੁੱਛਿਆ ਜਾਂਦਾ ਹੋਵੇ ਕੋਈ ਜਿਹੜੇ ਆਪਣੇ ਪਲੈਨੇਟਸ ਆ ਉਹਨਾਂ ਨਾਲ ਕੁਐਸਚਨ ਸੰਬੰਧਿਤ ਹੋਵੇ ਜੋ ਹਰ ਇੱਕ ਟੌਪਿਕ ਨੂੰ ਜਿਹੜਾ ਕਵਰ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਇਸ ਇਹਨਾਂ ਨੋਟਸ ਦੇ ਵਿੱਚ ਕੀਤੀ ਗਈ ਹੈ ਜੇਕਰ ਡਿਟੇਲ ਦੇ ਵਿੱਚ ਤੁਸੀਂ ਇਹਨਾਂ ਨੂੰ ਪੜਨਾ ਚਾਹੁੰਦੇ ਹੋ ਤਾਂ ਉਹ ਵੀ YouTube ਚੈਨਲ ਦੇ ਉੱਪਰ ਆਪਣੀਆਂ ਵੀਡੀਓਜ਼ ਅਪਲੋਡ ਨੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਖੁਦ ਨੋਟਸ ਬਣਾਉਂ ਤਾਂ ਬਹੁਤ ਵਧੀਆ ਗੱਲ ਹੈ ਵੀਡੀਓ ਨੂੰ ਸੁਣ ਕੇ ਜੇਕਰ ਤੁਸੀਂ ਪੀਡੀਐਫ ਲੈਣਾ ਚਾਹੋ ਤਾਂ ਪੀਡੀਐਫ ਹੀ ਤੁਸੀਂ ਲੈ ਸਕਦੇ ਹੋ ਸੋ ਇਹਨਾਂ ਦਾ ਇੱਕ ਮੈਂ ਓਵਰਵਿਊ ਤੁਹਾਨੂੰ ਜ਼ਰੂਰ ਦਵਾਂਗੀ ਜੇਕਰ ਮੈਂ ਗੱਲ ਕਰਾਂ ਤਾਂ ਇਹਦੇ 200 ਜਿਹੜੇ ਪੇਜ ਐ ਠੀਕ ਹੈ ਲਾਸਟ ਤੇ ਫਰੰਟ ਤੇ ਲਾਸਟ ਪੇਜ ਨੂੰ ਛੱਡ ਕੇ 198 ਪੇਜ ਦੇ ਜਿਹੜੇ ਨੋਟਸ ਐ ਜੀਓਗ੍ਰਾਫੀ ਦੇ ਠੀਕ ਹੈ ਟਾਈਮ ਬਹੁਤ ਥੋੜਾ ਹੈ ਤਾਂ ਇਹਨਾਂ ਨੂੰ ਤੁਸੀਂ ਜਿਹੜੇ ਡਾਊਨਲੋਡ ਕਰਕੇ ਵੀ ਪੜ੍ਹ ਸਕਦੇ ਹੋ ਜੇਕਰ ਤੁਸੀਂ ਨੋਟਸ ਅਜੇ ਤੱਕ ਬਿਲਕੁਲ ਵੀ ਤਿਆਰੀ ਨਹੀਂ ਕੀਤੀ ਤਾਂ ਪੀਡੀਐਫ ਨੂੰ ਡਾਊਨਲੋਡ ਕਰ ਲਓ ਤੇ ਨਾਲ ਵੀਡੀਓ ਸੁਣ ਲਓ ਨਾਲ ਇਹਨਾਂ ਨੂੰ ਰੀਡ ਕਰ ਲਓ ਇੰਦੇ ਵਿੱਚ ਪਲੇਲਿਸਟ ਦਾ ਲਿੰਕ ਵੀ ਦਿੱਤਾ ਹੋਇਆ ਤੇ ਤੁਹਾਨੂੰ ਪਲੇਲਿਸਟ ਦੇ ਵਿੱਚ ਵੀ ਹਰ ਇੱਕ ਇਹ ਨੋਟਸ ਜਿਹੜਾ ਉਹ ਮਿਲ ਜਾਵੇਗਾ ਸੋ ਸਕਰੀਨ ਦੇ ਜੇ ਅਗਰ ਆਪਾਂ ਗੱਲ ਕਰੀਏ ਤੇ ਜੇਕਰ ਤੁਸੀਂ ਅਨੋਟਸ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ myinstagrammojo.com ਤੇ ਜਾ ਕੇ ਜਿਹੜਾ ਹੈ ਕੋਰਸਟਡੀ.myinstagrammojo.com ਤੇ ਜਾ ਕੇ ਕੋਈ ਵੀ ਨੋਟਸ ਡਾਊਨਲੋਡ ਕਰ ਸਕਦੇ ਹੋ ਭਾਵੇਂ ਉਹ बीएड ਦੇ ਨਾਲ ਸੰਬੰਧਿਤ ਹੋਵੇ ਹੋਰ ਵੀ ਅਲੱਗ-ਅਲੱਗ ਜਿਹੜੇ ਟੌਪਿਕ ਆ ਉਹ ਤੁਹਾਨੂੰ ਮਿਲ ਜਾਣਗੇ ਸੋ ਉਸ ਤੋਂ ਇਲਾਵਾ ਜੇਕਰ ਅਪ ਬਗਲ ਕਰੀਏ ਸਭ ਤੋਂ ਪਹਿਲਾਂ ਇਹਨਾਂ ਨੋਟਸ ਦੇ ਵਿੱਚ ਤੁਹਾਨੂੰ ਜੀਓਗ੍ਰਾਫੀ ਹੈ ਕੀ ਹੈ ਕਿਹੜੇ ਵਰਡ ਤੋਂ ਲਿਆ ਗਿਆ ਉਹਦੇ ਬਾਰੇ ਦੇ ਵਿੱਚ ਦੱਸਿਆ ਗਿਆ ਹੈ ਪੰਗੋਲ ਦਾ ਜਿਹੜਾ ਪਿਤਾਮਾ ਜੀਓਗ੍ਰਾਫੀ ਦਾ ਫਾਦਰ ਕੌਣ ਹੈ ਉਹ ਦੱਸਿਆ ਗਿਆ ਹੈ ਬ੍ਰਾਂਚਸ ਦੱਸੀਆਂ ਗਈਆਂ ਨੇ ਸੋ ਆਪਣਾ ਲੋਗੋ ਜਿਹੜਾ ਕਾਫੀ ਪ੍ਰੋਬਲਮ ਸੀ ਸਟੂਡੈਂਟ ਨੂੰ ਕਿ ਲੋਗੋ ਡਾਰਕ ਹੁੰਦਾ ਤਾਂ ਲੋਗੋ ਨੂੰ ਮੈਂ ਹੋਰ ਜਿਹੜਾ ਲਾਈਟ ਆ ਉਹ ਕਰ ਦਿੱਤਾ ਤਾਂ ਜੋ ਤੁਹਾਨੂੰ ਪੜਨ ਦੇ ਵਿੱਚ ਕੋਈ ਜਿਹੜੀ ਪ੍ਰੋਬਲਮ ਨਾ ਆਵੇ ਫਿਜ਼ੀਕਲ ਜੀਓਗ੍ਰਾਫੀ ਦੇ ਨਾਲ ਸਾਨੂੰ ਬ੍ਰਹਿਮੰਡ ਦੇ ਬਾਰੇ ਦੇ ਵਿੱਚ ਮਿਲ ਜਾਣਾ ਪਲੈਨੈਟਸ ਦੇ ਬਾਰੇ ਦੇ ਵਿੱਚ ਮਿਲ ਜਾਣਾ ਟੋਲਮੀ ਜਿਨ੍ਹਾਂ ਨੇ ਬ੍ਰਹਿਮੰਡ ਦੇ ਨਾਲ ਸੰਬੰਧਿਤ ਅਧਿਐਨ ਕੀਤਾ ਸੀ ਟੋਲਮੀ ਉਹਨਾਂ ਦੇ ਬਾਰੇ ਦੇ ਵਿੱਚ ਲਿਖਿਆ ਹੋਇਆ ਇਹਦੇ ਵਿੱਚ ਕੋਪਰਨਿਕਸ ਦੇ ਬਾਰੇ ਦੇ ਵਿੱਚ ਲਿਖਿਆ ਹੋਇਆ ਗੈਲੀਓ ਕੈਪਲਰ ਠੀਕ ਹੈ ਉਸ ਤੋਂ ਇਲਾਵਾ ਆਪਣਾ ਜਿਹੜਾ ਸੋਲਰ ਸਿਸਟਮ ਹੈ ਉਹਦੇ ਨਾਲ ਸੰਬੰਧਤ ਉਹਨੂੰ ਮਿਲ ਜਾਣੀਆਂ ਚੀਜ਼ਾਂ ਇੰਪੋਰਟੈਂਟ ਹੀ ਇਹਦੇ ਵਿੱਚ ਜਿਹੜੀਆਂ ਐਡ ਨੇ ਆਪਣੇ ਜੋ ਇੱਕ ਜਿਹੜਾ ਸਿਸਟਮ ਹੈ ਸੂਰਜ ਹੈ ਬੁੱਧ ਆਪਣੇ ਗ੍ਰਹਿ ਨੇ ਠੀਕ ਹੈ ਸੀਕੁਐਂਸ ਵਾਈਜ਼ ਇਹ ਵੀ ਪੁੱਛ ਲਏ ਜਾਂਦੇ ਨੇ ਐਗਜ਼ਾਮ ਦੇ ਵਿੱਚ ਇਹਨਾਂ ਨੂੰ ਜ਼ਰੂਰ ਯਾਦ ਕਰ ਲਓ ਜੇ ਤੁਸੀਂ ਪ੍ਰੀਵੀਅਸ ইয়ার ਕੁਐਸਚਨ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹਨਾਂ ਦੇ ਵਿੱਚੋਂ ਹੀ ਜਿਹੜਾ ਕੁਐਸਚਨ ਨੇ ਪੁੱਟ ਕੀਤੇ ਗਏ ਨੇ ਹੋ ਸਕਦਾ ਕੁਐਸਚਨ ਸਿੱਧੇ ਨਹੀਂ ਥੋੜੇ ਮੋਲਡ ਕਰਕੇ ਪੁੱਛੇ ਗਏ ਹੋਣ ਕਿਉਂਕਿ ਜੇ ਤੁਹਾਨੂੰ ਨੌਲੇਜ ਆ ਤਾਂ ਫਿਰ ਹੀ ਤੁਸੀਂ ਅਨਸਰ ਜਿਹੜਾ ਉਹਨਾਂ ਦਾ ਦੇ ਪਾਉਂਗੇ ਹਾਂ ਇਹ ਚੀਜ਼ਾਂ ਨੂੰ ਰੈਪੀਟੀਸ਼ਨ ਦੇ ਉੱਪਰ ਜਿਹੜਾ ਉਹਨਾਂ ਨੂੰ ਪੜੋ ਸੋ ਸੂਰਜ ਦੇ ਬਰ ਦੇ ਵਿੱਚ ਜਿਹੜਾ ਤੁਹਾਨੂੰ ਇੰਨੀ ਡਿਟੇਲ ਦੇ ਵਿੱਚ ਮਿਲ ਜਾਣਾ ਵਾ ਤੁਹਾਨੂੰ ਸੂਰਜ ਦੀਆਂ ਪਰਤਾਂ ਕਿੰਨੀਆਂ ਨੇ ਉਹਦੇ ਬਰ ਦੇ ਵਿੱਚ ਮਿਲ ਜੂਗਾ ਇਸ ਤੋਂ ਇਲਾਵਾ ਤੁਹਾਨੂੰ ਚੰਦਰਮਾ ਦੇ ਬਰ ਦੇ ਵਿੱਚ ਵੀ ਇਹਨਾਂ ਨੋਟਸ ਦੇ ਵਿੱਚ ਤੁਹਾਨੂੰ ਜਿਹੜਾ ਮਿਲੇਗਾ ਠੀਕ ਹੈ ਬੁਰੀ ਡਿਟੇਲ ਆਪਣੇ ਤਾਰੇ ਕੀ ਨੇ ਉਹਨਾਂ ਦੇ ਬਰ ਦੇ ਵਿੱਚ ਮਿਲੇਗਾ ਉਲਕਾ ਉਲਕਾ ਪਿੰਡ ਕੀ ਨੇ ਉਹਦੇ ਬਾਰੇ ਮਿਲੇਗਾ ਗਲੋਬ ਕੀ ਹੈ ਗਲੋਬ ਦੇ ਬਾਰੇ ਦੇ ਵਿੱਚ ਵੀ ਤੁਹਾਨੂੰ ਮਿਲੇਗਾ ਠੀਕ ਹੈ ਗਲੋਬ ਦੇ ਉੱਪਰ ਜਿਹੜਾ ਸਮਾਂ ਦੇਖਿਆ ਜਾਂਦਾ ਹੈ ਨਾ ਕੰਟਰੀਜ਼ ਤੇ ਕਿਸ ਦਾ ਠੀਕ ਹੈ ਉਹ ਸਭ ਦੇ ਬਾਰੇ ਦੇ ਡਿਟੇਲ ਦੇ ਵਿੱਚ ਮਿਲੇਗਾ ਤੇ ਜਿਆਦਾ ਡਿਟੇਲ ਲੈਣੀ ਹੈ ਤੇ ਆਪਣੀ YouTube ਦੀਆਂ ਵੀਡੀਓ ਦੇਖ ਲਓ ਠੀਕ ਹੈ ਉੱਥੇ ਤੁਹਾਨੂੰ ਜਿਆਦਾ ਜਿਹੜਾ ਸਹੀ ਜਿਹੜੀ ਸਮਝ ਆਉ ਲੱਗੇ ਕਿ ਕਿਉਂਕਿ ਉੱਥੇ ਮੈਂ ਡਿਟੇਲ ਦੇ ਵਿੱਚ ਸਮਝਾਇਆ ਹੋਇਆ ਹੈ ਕਿੰਨੀਆਂ ਪਰਤਾਂ ਨੇ ਆਪਣੀ ਠੀਕ ਹੈ ਉਹ ਸਾਰਾ ਕੁਝ ਜਿਹੜਾ ਦੱਸਿਆ ਹੋਇਆ ਵਾਜੂ ਮੰਡਲ ਦੇ ਬਾਰੇ ਦੇ ਵਿੱਚ ਦੱਸਿਆ ਹੋਇਆ ਹੈ ਵਾਜੂ ਮੰਡਲ ਦੇ ਵਿੱਚ ਥਲ ਮੰਡਲ ਦੇ ਬਾਰੇ ਦੇ ਵਿੱਚ ਦੱਸਿਆ ਹੋਇਆ ਜਲ ਮੰਡਲ ਵਾਜੂ ਮੰਡਲ ਠੀਕ ਹੈ ਜੀ ਲੀਥੋਸਫੇਅਰ ਹਾਈਡਰੋਸਫੇਅਰ ਐਟਮੋਸਫੇਅਰ ਦੇ ਬਾਰੇ ਦੇ ਵਿੱਚ ਤੁਹਾਨੂੰ ਜਿਹੜਾ ਪਤਾ ਹੋ ਲੱਗੇਗਾ ਸੋ ਹਰ ਇੱਕ ਇਹ ਟਾਪਿਕ ਨੂੰ ਐਡ ਕੀਤਾ ਹੋਇਆ ਜਿੰਦੇ ਵਿੱਚ ਜਿਹੜੇ ਕੁਐਸਚਨ ਆ ਪੁੱਛੇ ਗਏ ਜਵਾਲਾਮੁਖੀ ਕੀ ਹੈ ਉਹਦੇ ਬਾਰੇ ਦੇ ਵਿੱਚ ਦੱਸਿਆ ਗਿਆ ਕਿਉਂਕਿ ਇਹ ਚੀਜ਼ਾਂ ਤਾਂ ਐਡ ਕੀਤੀਆਂ ਗਈਆਂ ਕਿਉਂਕਿ ਕਿਤੇ ਨਾ ਕਿਤੇ ਇੱਕ ਦੋ ਜਿਹੜੇ ਕੁਐਸਚਨ ਨੇ ਉਹ ਪੁੱਛੇ ਗਏ ਨੇ ਠੀਕ ਹੈ ਜਿਹੜਾ ਤੁਹਾਡਾ ਜਿਹੜਾ ਸਿਲੇਬਸ ਹੈ ਉਹ ਸਿਲੇਬਸ ਤੋਂ ਜੇਕਰ ਉਹ ਕੱਲਾ ਸਿਲੇਬਸ ਨੂੰ ਹੀ ਆਪਾਂ ਕਰੀਏ ਤਾਂ ਪੂਰਾ ਨਹੀਂ ਹੁੰਦਾ ਕਾ ਹੈਨਾ ਸਿਲੇਬਸ ਦਾ ਉਹਨੇ ਨਾਲ ਜਿਹੜੀਆਂ ਡਲੀਆਂ ਮਿਲੀਆਂ ਜਿੰਨੀਆਂ ਵੀ ਚੀਜ਼ਾਂ ਨੇ ਜਿੱਥੋਂ ਵੀ ਕੁਐਸਚਨ ਪੁੱਛਿਆ ਗਿਆ ਪੀਐਸਟੈਟ ਦੇ ਵਿੱਚ ਉਹ ਸਾਰੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਐਡ ਆ ਉਹ ਕੀਤੀਆਂ ਗਈਆਂ ਨੇ ਜਵਾਰ ਭਾਟਾ ਕੀ ਹੈ ਹੁੰਦੇ ਬਾਰੇ ਦੇ ਵਿੱਚ ਐਡ ਕੀਤਾ ਗਿਆ ਇੱਕ ਜਿਹੜਾ 2011 ਦੇ ਵਿੱਚ ਜਿਹੜੀ ਮਰਦ ਸ਼ੁਮਾਰੀ ਹੋਈ ਸੀ ਹੈਨਾ ਜਨਗਨਨਾ ਪਲ ਕਹਿ ਸਕਦੇ ਆ ਉਹਨੂੰ ਉਹਦੇ ਬਾਰੇ ਦੇ ਵਿੱਚ ਵੀ ਜਿਹੜਾ ਕੁਐਸਚਨ ਹੈ ਜੇਕਰ ਤੁਸੀਂ ਪੀਐਸਟੈਟ ਦੇ ਪੁਰਾਣੇ ਪੇਪਰ ਚੱਕ ਕੇ ਦੇਖੋ ਤਾਂ ਉਹਦੇ ਵਿੱਚ ਵੀ ਕੁਐਸਚਨ ਹੈ ਪੁੱਛਿਆ ਗਿਆ ਹੈ ਤੈਨੂੰ ਤੁਸੀਂ ਕਰ ਸਕਦੇ ਹੋ ਠੀਕ ਹੈ ਉਹਦੇ ਬਾਰੇ ਪੁੱਛਿਆ ਜਾਂਦਾ ਖਰੀਫ ਦੀਆਂ ਫਸਲਾਂ ਕਿਹੜੀਆਂ ਨੇ ਰਬੀ ਦੀਆਂ ਫਸਲਾਂ ਕਿਹੜੀਆਂ ਨੇ ਉਹ ਵੀ ਚੀਜ਼ਾਂ ਨੂੰ ਇਨ ਨੋਟਸ ਦੇ ਵਿੱਚ ਐਡ ਕੀਤਾ ਗਿਆ ਤਾਂ ਉੱਥੋਂ ਵੀ ਕੁਐਸਚਨ ਪੁੱਛ ਲਿਆ ਜਾਂਦਾ ਠੀਕ ਹੈ ਏਰੀਆ ਦੇ ਬਾਰੇ ਦੇ ਵਿੱਚ ਪੁੱਛ ਲੈਂਦੇ ਨੇ ਬਾਉਂਡਰੀਜ਼ ਦੇ ਬਾਰੇ ਦੇ ਵਿੱਚ ਪੁੱਛ ਲੈਂਦੇ ਨੇ ਕਰ ਕਰੇ ਖਾਦ ਦੇ ਵਿੱਚ ਨਾਲ ਕਿਹੜਾ ਦੇਸ਼ ਜਿਹੜਾ ਟੱਚ ਨਹੀਂ ਕਰਦਾ ਜਮਾ ਕਰੇ ਖਦੇ ਨਾਲ ਕਿਹੜਾ ਦੇਸ਼ ਇਨ ਟੱਚ ਕਰਦਾ ਉਹਨਾਂ ਚੀਜ਼ਾਂ ਉਹਨਾਂ ਦੇ ਬਾਰੇ ਦੇ ਵਿੱਚ ਵੀ ਜੜੀਆਂ ਪੁੱਛੇ ਜਾਂਦੇ ਨੇ ਜਿਹੜੇ ਕੁਐਸਚਨ ਨੇ ਠੀਕ ਹੈ ਇਸ ਤੋਂ ਇਲਾਵਾ ਜਿਵੇਂ ਚਾਈਨਾ ਦੇ ਬਾਰੇ ਦੇ ਵਿੱਚ ਦੱਸਿਆ ਗਿਆ ਵਾ ਠੀਕ ਹੈ ਸੋ ਅਲੱਗ-ਅਲੱਗ ਜਿੰਗਾਂ ਤੁਹਾਨੂੰ ਜਿੰਨੀਆਂ ਸਾਰੀਆਂ ਨੀਆਂ ਸਾਰੇ ਜਿਹੜੇ ਨੋਟਸ ਆ ਉਹ ਮਿਲ ਜਾਣੇ ਮਿਲ ਜਾਣਗੇ ਉਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਤਾਂ ਤੁਹਾਨੂੰ ਜਿਹੜੇ ਮਾਊਂਟੇਨਸ ਆ ਜਿਹੜੇ ਪਰਬਤ ਆ ਉਹਨਾਂ ਦੇ ਬਾਰੇ ਦੇ ਵਿੱਚ ਵੀ ਮਿਲ ਜਾਵੇਗਾ ਸਾਰੇ ਦਾ ਸਾਰਾ ਤੇ ਅਲੱਗ-ਅਲੱਗ ਸਾਰੇ ਦਾ ਸਾਰਾ ਜਿਹੜਾ ਸਿਲੇਬਸ ਆ ਉਹ ਇਨਾਂ ਨੋਟਸ ਦੇ ਵਿੱਚ ਜਿਹੜਾ ਕਵਰ ਹੈ ਜੀ हिमालय ਦੇ ਬਰ ਦੇ ਵਿੱਚ ਮਿਲੇਗਾ ਤੁਹਾਨੂੰ ਉਸ ਤੋਂ ਬਾਅਦ ਆਪਾਂ ਜੇਕਰ ਗੱਲ ਕਰੀਏ ਉੱਤਰੀ ਭਾਰਤ ਦੇ ਜਿਹੜੇ ਮੈਦਾਨ ਨੇ ਉਹਨਾਂ ਦੇ ਬਰ ਦੇ ਵਿੱਚ ਤੁਹਾਨੂੰ ਮਿਲੇਗਾ ਜਿੰਦੇ ਵਿੱਚ ਤੁਸੀਂ ਪੰਜਾਬ ਦੇ ਮੈਦਾਨ ਗੰਗਾ ਦੇ ਮੈਦਾਨ ਬ੍ਰਹਮਪੁੱਤਰ ਮੈਦਾਨ ਉਹਨਾਂ ਦੇ ਬਰ ਦੇ ਵਿੱਚ ਜਿਹੜਾ ਮਿਲੇਗਾ ਸੋ ਸਾਰੇ ਦੇ ਸਾਰੇ ਜਿਹੜੇ ਤੁਹਾਨੂੰ ਇਹ ਨੋਟਸ ਦਾ ਇੱਕ ਓਵਰਵਿਊ ਜਿਹੜਾ ਤੁਹਾਨੂੰ ਦਿੱਤਾ ਹੈ ਕਿ ਕੀ ਕੁਝ ਤੁਹਾਨੂੰ ਇਹਨਾਂ ਨੋਟਸ ਦੇ ਵਿੱਚ ਜੇਕਰ ਤੁਸੀਂ ਡਾਊਨਲੋਡ ਕਰਦੇ ਹੋ ਤਾਂ ਤੁਹਾਨੂੰ ਕੀ ਕੁਝ ਮਿਲਣ ਵਾਲਾ ਹੈ ਇਹਦੇ ਵਿੱਚ ਉਸ ਤੋਂ ਇਲਾਵਾ ਤੁਹਾਨੂੰ ਜਿਹੜਾ ਰਿਵਰਸ ਸਿਸਟਮ ਆਫ ਇੰਡੀਆ ਦਾ ਉਸ ਉਹਦੇ ਬਾਰੇ ਦੇ ਵਿੱਚ ਸਾਰੇ ਸਾਰੇ ਟਾਪਿਕ ਮਿਲੇ ਮਿਲਣਗੇ ਜਿੰਨ ਦੇ ਵਿੱਚ ਪ੍ਰਾਈਦੀਪੀ ਨਦੀਆਂ ਦੇ ਬਾਰੇ ਦੇ ਵਿੱਚ ਮਿਲੇਗਾ ਹਿਮਾਲਿਆ ਦੀਆਂ ਨਦੀ ਨਦੀਆਂ ਉਹਨਾਂ ਦੇ ਬਾਰੇ ਦੇ ਵਿੱਚ ਜਿਹੜਾ ਤੁਹਾਨੂੰ ਜਿਹੜੇ ਟਾਪਿਕ ਹੈ ਉਹ ਮਿਲਣਗੇ ਸੋ ਇਹ ਵਾਲੇ ਜਿਹੜੇ ਸਾ ਡੈਮ ਕੀ ਨੇ ਡੈਮ ਦੇ ਬਾਰੇ ਦੇ ਵਿੱਚ ਵੀ ਤੁਹਾਨੂੰ ਜਿਹੜੇ ਟਾਪਿਕ ਹੈ ਉਹ ਮਿਲੇਗਾ ਜਿੰਨ ਦੇ ਵਿੱਚ ਜੰਮੂ ਕਸ਼ਮੀਰ ਪੰਜਾਬ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਹੜੇ ਨੇ ਉੱਤਰਾਖੰਡ ਦੇ ਵਿੱਚ ਕਿਹੜੇ ਨੇ ਉੱਤਰ ਪ੍ਰਦੇਸ਼ ਦੇ ਵਿੱਚ ਕਿਹੜੇ ਨੇ ਓਡੀਸਾ ਦੇ ਵਿੱਚ ਕਿਹੜੇ ਨੇ ਝਾਰਖੰਡ ਰਾਜਸਥਾਨ ਸੋ ਇਹ ਸਾਰੇ ਦੇ ਸਾਰੇ ਤੁਹਾਨੂੰ ਜਿਹੜੇ ਉਹਨਾਂ ਦੇ ਚਾਰੇ ਨਿਯਮ ਆ ਉਹ ਮਿਲ ਜਾਣਗੇ ਅਲੱਗ-ਅਲੱਗ ਦੇ ਗੁਜਰਾਤ ਦੇ ਵਿੱਚ ਕਿਹੜੇ-ਕਿਹੜੇ ਨੇ ਮਹਾਰਾਸ਼ਟਰ ਦੇ ਵਿੱਚ ਕਿਹੜੇ-ਕਿਹੜੇ ਨੇ ਕਰਨਾਟਕਾ ਦੇ ਵਿੱਚ ਕਿਹੜੇ-ਕਿਹੜੇ ਨੇ ਇਕੇ ਇਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਵਾਈਟ ਰੈਵੋਲੂਸ਼ਨ ਦੇ ਬਾਰੇ ਦੇ ਵਿੱਚ ਤੁਹਾਨੂੰ ਮੇਰੇ ਕੋਈ ਜਿਹੜੀਆਂ ਰੈਵੋਲੂਸ਼ਨ ਨੇ ਜਿਵੇਂ ਐਗਰੀਕਲਚਰਲ ਰੈਵੋਲੂਸ਼ਨ ਕ੍ਰਾਂਤੀਆਂ ਕਿਹੜੀਆਂ-ਕਿਹੜੀਆਂ ਹੋਈਆਂ ਜਿਵੇਂ ਹਰੀ ਕ੍ਰਾਂਤੀ ਇਹਦੇ ਬਾਰੇ ਦੇ ਵਿੱਚ ਵੀ ਕੁਐਸਚਨ ਪੁੱਛ ਲਿਆ ਜਾਂਦਾ ਹੈ ਵਾਈਟ ਰੈਵੋਲੂਸ਼ਨ ਕੀ ਹੈ ਸਫੈਦ ਕ੍ਰਾਂਤੀ ਕੀ ਹੈ ਇਹਦੇ ਬਾਰੇ ਦੇ ਵਿੱਚ ਕੁਐਸਚਨ ਪੁੱਛ ਲਏ ਜਾਂਦੇ ਨੇ ਉਸ ਤੋਂ ਇਲਾਵਾ ਆਪਣੀਆਂ ਮਿੱਟੀਆਂ ਦੇ ਨਾਲ ਸਬੰਧਤ ਕੁਐਸਚਨ ਪੁੱਛ ਲਏ ਜਾਂਦੇ ਨੇ ਹਨ ਮੈਂ ਭਾਰਤ ਦੀਆਂ ਮਿੱਟੀਆਂ ਜੈ ਸੋਲ ਆਫ ਇੰਡੀਆ ਦੇ ਬਾਰੇ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਸੋ ਇਹ ਵੀ ਸਾਰਾ ਕੁਝ ਜਿਹੜਾ ਐਡ-ਆਨ ਕੀਤਾ ਗਿਆ ਤੇ ਜਿਵੇਂ ਲਾਲ ਮਿੱਟੀ ਕੀ ਹੈ ਲੈਟਰਾਈਟ ਮਿੱਟੀ ਦੇ ਬਾਰੇ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਜੇਕਰ ਤੁਸੀਂ ਪੀਐਸਟੈਟ ਦੇ ਕੁਐਸਚਨ ਪੁਰਾਣੇ ਵੇਖੋਗੇ ਕੁਐਸਚਨ ਟਰਾਂਸਪੋਰਟ ਇਨ ਇੰਡੀਆ ਦੇ ਬਾਰੇ ਦੇ ਵਿੱਚ ਗੱਲ ਕੀਤੀ ਗਈ ਹੈ ਰੂਟ ਟਰਾਂਸਪੋਰਟ ਕੀ ਹੈ 에ਅਰ ਟਰਾਂਸਪੋਰਟ ਕੀ ਹੈ ਵਾਟਰ ਟਰਾਂਸਪੋਰਟ ਕੀ ਹੈ ਰੇਲ ਟਰਾਂਸਪੋਰਟ ਕੀ ਹੈ ਇਹਦੇ ਬਾਰੇ ਦੇ ਵਿੱਚ ਵੀ ਜਿਹੜੇ ਕੁਐਸਚਨ ਹੈ ਉਹ ਪੁੱਛੇ ਗਏਗੇ ਸੋ ਇਹਨਾਂ ਨੂੰ ਵੀ ਤੁਸੀਂ ਜਿਹੜਾ ਇਹ ਜ਼ਰੂਰ ਜਿਹੜਾ ਰੀਡ ਹੈ ਰੈਪੀਟੀਸ਼ਨ ਦੇਣਾ ਚੀਜ਼ਾਂ ਨੂੰ ਜਿਹੜਾ ਪੜ੍ਹੋਗੇ ਤਾਂ ਫਿਰ ਹੀ ਤੁਸੀਂ ਕੁਆਲੀਫਾਈ ਆਪਣਾ ਜਿਹੜਾ ਪੇਪਰ ਕਰ ਗ੍ਰਖਣੀ ਚ ਪਦਾਰਥ ਕੀ ਨੇ ਉਹਨਾਂ ਦੇ ਬਾਰੇ ਦੇ ਵਿੱਚ ਦੱਸਿਆ ਗਿਆ ਸੋ ਇਹ ਸਾਰੇ ਦੀ ਸਾਰੀ ਜਿਹੜੀ ਪੀਡੀਐਫ ਹੈ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਇਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਲਿੰਕ ਦੀ ਜੇਕਰ ਮੈਂ ਗੱਲ ਕਰਾਂ ਤਾਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦਿੱਤਾ ਹੋਇਆ ਉੱਥੋਂ ਤੁਸੀਂ ਪੀਡੀਐਫ ਨੂੰ ਜਿਹੜਾ ਡਾਊਨਲੋਡ ਹੈ ਉਹ ਤੁਸੀਂ ਕਰ ਸਕਦੇ ਹੋ ਜੇਕਰ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਪੀਡੀਐਫ ਨੂੰ ਡਾਊਨਲੋਡ ਕਰਨ ਦੇ ਵਿੱਚ ਜਾਂ ਤੁਹਾਨੂੰ ਪੀਡੀਐਫ ਨਹੀਂ ਮਿਲ ਰਹੀ ਤਾਂ ਤੁਸੀਂ ਮੈਨੂੰ ਜੀਮੇਲ ਕਰ ਸਕਦੇ ਹੋ coststudyonline@gmail.com ਤੇ ਇੰਸਟਾਗ੍ਰam ਤੇ ਤੁਸੀਂ ਫੋਲੋ ਕਰ ਸਕਦੇ ਹੋ www.instagram.com coststudy ਦੇ ਨਾਮ ਤੇ ਹੈ ਨੋਟਸ ਆਪਣੇ ਇਸ ਵੈਬਸਾਈਟ ਤੇ ਆਵੈਲੇਬਲ ਨੇ ਸੋ ਇਹ ਜਿਹੜੀ ਪੀਡੀਐਫ ਤੁਸੀਂ ਡਾਊਨਲੋਡ ਕਰੋਗੇ ਉਹਦੇ ਵਿੱਚ ਹੀ ਜਿਹੜੇ ਲਿੰਕ ਆ ਫਰਸਟ ਤੇ ਲਾਸਟ ਪੇਜ ਤੇ ਦਿੱਤੇ ਪਏ ਨੇ ਆਪਣਾ ਵਟਸਐਪ ਚੈਨਲ ਤੁਸੀਂ ਜੁਆਇਨ ਕਰ ਸਕਦੇ ਹੋ ਆਪਣਾ ਟੈਲੀਗ੍ਰam ਚੈਨਲ ਤੁਸੀਂ ਉਹਨੂੰ ਵੀ ਜਿਹੜਾ ਜੁਆਇਨ ਆ ਉਹ ਤੁਸੀਂ ਕਰ ਸਕਦੇ ਹੋ ਸੋ ਇਸ ਜੀਓਗ੍ਰਾਫੀ ਦੇ ਨਾਲ ਸੰਬੰਧਿਤ ਹੀ ਐਸਐਸਟੀ ਦੇ ਇਕੱਲੇ ਨੋਟਸ ਨੇ ਹਿਸਟਰੀ ਦਾ ਪੋਲੀਟੀ ਮੈਂ ਕੋਸ਼ਿਸ਼ ਕਰਾਂਗੀ ਕਿ ਕੱਲ ਤੱਕ ਤੁਹਾਨੂੰ ਜਿਹੜੇ ਨੋਟਸ ਹੈ ਇਹ ਮੈਂ ਪ੍ਰੋਵਾਈਡ ਹੈ ਉਹ ਮੈਂ ਕਰਵਾ ਦੇਵਾਂ ਤੇ ਆਪਣੇ ਜਿਹੜੇ ਪ੍ਰੀਵੀਅਸ ਜਿਹੜੇ ਕੁਐਸਚਨ ਨੇ ਉਹ ਵੀ ਮੈਂ ਵੀਡੀਓ ਜਲਦੀ ਜਿਹੜੀ ਹੁਣ ਟਰਾਈ ਕਰ ਰਹੀ ਹਾਂ ਕਿ ਜਲਦੀ ਤੁਹਾਨੂੰ ਜਿਹੜੀਆਂ ਪ੍ਰੋਵਾਈਡ ਹੈ ਉਹ ਕਰਵਾ ਦੇਵਾਂਗੀ ਕਿਉਂਕਿ ਟਾਈਮ ਸਿਰਫ 20 ਦਿਨ ਆਪਣੇ ਕੋਲ ਬਾਕੀ ਨੇ ਸੋ 20 ਦਿਨਾਂ ਦੇ ਵਿੱਚ ਵਿੱਚ ਬਸ 3-4 ਦਿਨਾਂ ਦੇ ਵਿੱਚ ਵਿੱਚ ਮੇਰੀ ਕੋਸ਼ਿਸ਼ ਹੈ ਜੀ ਮੈਂ ਤੁਹਾਨੂੰ ਸਾਰੀਆਂ ਦੇ ਸਾਰੇ ਜਿਹੜੇ ਨੋਟਸ ਤੇ ਵੀਡੀਓਜ਼ ਉਹਨਾਂ ਨੂੰ ਜਿਹੜਾ ਪ੍ਰੋਵਾਈਡ ਹੈ ਉਹ ਕਰਵਾ ਦੇਵਾਂ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਜਦੋਂ ਵੀ ਨਵੀਆਂ ਵੀਡੀਓਜ਼ ਮੈਂ ਅਪਲੋਡ ਕਰਾਂ ਤਾਂ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਥੈਂਕਸ ਫॉर ਵਾਚਿੰਗ